Hey guys, subscribe and press the bell icon to never miss a video from Gabru. ਜਿੱਦਾਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਵਰਲਡ ਕੱਪ ਦਾ ਦੌਰ ਚੱਲ ਰਿਹਾ ਹੈ ਤੇ ਇੰਡੀਅਨ ਫੈਨਸ ਲਈ ਵਰਲਡ ਕੱਪ ਦਾ ਸਭ ਤੋਂ ਰੋਮਾਂਚਕ ਮੈਚ ਇੰਡੀਆ ਵਰਸਸ ਪਾਕਿਸਤਾਨ ਦਾ ਹੁੰਦਾ ਹੈ ਤੇ ਉਹ ਮੈਚ ਹੋ ਚੁੱਕਿਆ ਹੈ ਤੇ ਇੰਡੀਆ ਪਾਕਿਸਤਾਨ ਨੂੰ ਹਰਾ ਵੀ ਚੁੱਕੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਕਿਸਤਾਨੀ ਫੈਨਸ ਨੇ ਕਈ ਤਰ੍ਹਾਂ ਦੀਆਂ ਮਿਠਾਈਆਂ ਤੇ ਪਟਾਕੇ ਖਰੀਦੇ ਪਰ ਉਹ ਉਸ ਨੂੰ ਇਸਤੇਮਾਲ ਨਹੀਂ ਕਰ ਪਾਏ ਕਿਉਂਕਿ ਇਸਤੇਮਾਲ ਕਰਨ ਲਈ ਉਹਨਾਂ ਨੂੰ ਇੰਡੀਆ ਨੂੰ ਹਰਾਉਣਾ ਪੈਣਾ ਸੀ ਜੋ ਕਿ ਇਸ ਵਾਰ ਵੀ ਨਹੀਂ ਹੋ ਪਾਇਆ ਪਰ ਇਸ ਵਾਰ ਪਾਕਿਸਤਾਨੀ ਫੈਨਸ ਨੇ ਤੇ ਪਾਕਿਸਤਾਨ ਦੀ ਟੀਮ ਨੇ ਇੱਕ ਇਤਿਹਾਸ ਰਚਿਆ ਉਹ ਇਹ ਹੈ ਕਿ ਇਸ ਵਾਰ ਇੰਡੀਆ ਵਰਸਸ ਇੰਗਲੈਂਡ ਦੇ ਮੁਕਾਬਲੇ ਵਿੱਚ ਸਾਰੇ ਪਾਕਿਸਤਾਨੀ ਇੰਡੀਆ ਨੂੰ ਸਪੋਰਟ ਕਰ ਰਹੇ ਸੀ ਕਿਉਂਕਿ ਜੇਕਰ ਇੰਡੀਆ ਇੰਗਲੈਂਡ ਨੂੰ ਹਰਾ ਦਿੰਦੀ ਤੇ ਪਾਕਿਸਤਾਨ ਸੈਮੀਫਾਈਨਲ ਵਿੱਚ ਜਾ ਸਕਦੀ ਸੀ ਮਤਲਬ ਕਿ ਪਾਕਿਸਤਾਨੀ ਟੀਮ ਇੰਡੀਆ ਕੋਲੋਂ ਸੈਮੀਫਾਈਨਲ ਲਈ ਲਿਫਟ ਮੰਗ ਰਹੀ ਸੀ ਪਰ ਉਹਨਾਂ ਦੀ ਸਪੋਰਟ ਇੰਡੀਆ ਲਈ ਵੀ ਅਨਲੱਕੀ ਰਹੀ ਤੇ ਇੰਡੀਆ ਇੰਗਲੈਂਡ ਤੋਂ ਹਾਰ ਗਈ ਹੁਣ ਅੱਜ ਦੇ ਮੁਕਾਬਲਾ ਰੋਮਾਂਚਕ ਹੋਵੇਗਾ ਜੋ ਕਿ ਬਾਂਗਲਾਦੇਸ਼ ਤੇ ਪਾਕਿਸਤਾਨ ਵਿੱਚ ਹੋਵੇਗਾ ਜੇਕਰ ਪਾਕਿਸਤਾਨ ਟੀਮ ਪਹਿਲਾਂ ਬੈਟਿੰਗ ਕਰਦੇ ਹੋਏ 308 ਤੋਂ ਜ਼ਿਆਦਾ ਰਨਸ ਬਣਾਉਣ ਵਿੱਚ ਸਫਲ ਹੋ ਜਾਵੇ ਅਤੇ ਬੌਲਿੰਗ ਦੇ ਵਿੱਚ ਬਾਂਗਲਾਦੇਸ਼ ਨੂੰ 0 ਤੇ ਆਲ ਆਊਟ ਕਰ ਦੇਵੇ ਤਾਂ ਹੀ ਪਾਕਿਸਤਾਨ ਸੈਮੀਫਾਈਨਲ ਵਿੱਚ ਜਾ ਸਕਦੀ ਹੈ ਜੋ ਕਿ ਸੁਣਨ ਦੇ ਵਿੱਚ ਹੀ ਮਜ਼ਾਕ ਲੱਗ ਰਿਹਾ ਹੈ ਪਾਕਿਸਤਾਨ ਦੀ ਆਖਰੀ ਉਮੀਦ ਤੇ ਪਾਣੀ ਪਾਉਣ ਨੂੰ ਟੌਪ ਸਕੋਰਰ ਸਾਕਿਬ ਉਲ ਹਸਮ ਬੈਠੇ ਹਨ ਬਾਂਗਲਾਦੇਸ਼ ਟੀਮ ਖੁਦ ਤੇ ਬਾਹਰ ਹੋ ਹੀ ਚੁੱਕੀ ਹੈ ਪਰ ਇੰਜ ਲੱਗ ਰਿਹਾ ਹੈ ਕਿ ਉਹ ਪਾਕਿਸਤਾਨ ਨੂੰ ਵੀ ਕੁਆਲੀਫਾਈ ਨਹੀਂ ਹੋਣ ਦੇਵੇਗੀ ਤੁਸੀਂ ਇਹ ਕਹਾਵਤ ਤੇ ਸੁਣੀ ਹੋਵੇਗੀ ਹਮ ਤੋ ਡੂਬੇ ਸਨਮ ਤੁਮਕੋ ਵੀ ਲੇ ਡੂਬੇਂਗੇ ਇਹ ਕਹਾਵਤ ਇਸ ਮੁਕਾਬਲੇ ਤੇ ਪੂਰੀ ਪੂਰੀ ਟੁੱਕਦੀ ਹੈ ਪਾਕਿਸਤਾਨ ਟੀਮ ਨੇ ਇਸ ਵਾਰ ਪਾਕਿਸਤਾਨੀ ਫੈਨਸ ਦੀਆਂ ਹੀ ਨਹੀਂ ਬਲਕਿ ਇੰਡੀਅਨ ਫੈਨਸ ਦੀਆਂ ਉਮੀਦਾਂ ਵੀ ਤੋੜ ਦਿੱਤੀਆਂ ਨੇ ਕਿਉਂਕਿ ਇੰਡੀਅਨ ਫੈਨਸ ਪਾਕਿਸਤਾਨ ਨੂੰ ਦੁਬਾਰਾ ਇੰਡੀਆ ਕੋਲੋਂ ਹਾਰਦੇ ਦੇਖਣਾ ਚਾਹੁੰਦੇ ਸੀ ਜੋ ਕਿ ਸ਼ਾਇਦ ਹੁਣ ਪੋਸੀਬਲ ਨਹੀਂ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਨਾਮੁਮਕਿਨ ਨੂੰ ਮੁਮਕਿਨ ਕਰਕੇ ਸੈਮੀਫਾਈਨਲ ਵਿੱਚ ਪਹੁੰਚਦਾ ਹੈ ਜਾਂ ਨਿਊਜ਼ੀਲੈਂਡ ਆਪਣੀ ਜਗ੍ਹਾ ਤੇ ਰਹਿ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲੈਂਦਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਟੀਮ ਕੁਆਲੀਫਾਈ ਕਰੇਗੀ ਸੈਮੀਫਾਈਨਲ ਲਈ ਸਾਨੂੰ ਕਮੈਂਟ ਸੈਕਸ਼ਨ ਵਿੱਚ ਦੱਸੋ ਤੇ ਇਹ ਨਿਊਜ਼ ਨੂੰ ਜ਼ਰੂਰ ਲਾਈਕ ਕਰੋ ਇਸ ਤਰ੍ਹਾਂ ਦੀਆਂ ਹੋਰ ਸਪੋਰਟਸ ਦੇ ਨਾਲ ਜੁੜੀਆਂ ਅਪਡੇਟਸ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਤੇ ਨੀਚੇ ਦਿੱਤੇ ਬੈਲ ਆਈਕਨ ਤੇ ਵੀ ਕਲਿੱਕ ਕਰੋ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ